ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਅਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ 'ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਅਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ, ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ, ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਅਤੇ ਅੰਮ੍ਰਿਤ ਭੁਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ, ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਲ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ, ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ, ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ, ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹੱਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਮੋਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ, ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ 'ਤੇ ਕੌਮ ਇੱਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਆ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਹੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ, ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ਼ ਨਹੀਂ ਦੇਣਾ, ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ੍ਹ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ, ਅਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।